ਕਿੰਨੇ ਗਿਣਤੀ ਦੇ ਵਿੱਚ ਉਹਨਾਂ ਗਰੰਥੀ ਸਿੰਘ ਬਣਾਤੇ ਜਿਹੜੇ 8 ਦੇ ਕਰੀਬ ਆ ਤੇ 16 17 ਦੇ ਕਰੀਬ ਜਿਹੜੇ ਕੁਬਿਸ਼ਰੀ ਬਣਾ ਦਿੱਤੇ ਆ ਤੇ ਆਪ ਉਹ ਹੈਂਡੀਕੈਪ ਆ ਪਰ ਘਰ ਦੇ ਹਾਲਾਤ ਕਿਉਂ ਨਾ ਅਜ ਗਿਆ ਕਿਉਂ ਨਹੀਂ ਕਿਸੇ ਨੇ ਪਤਾ ਲਿਆ ਮੈਨਾਂ ਸਾਲ ਹੀ ਮੈਨੂੰ ਕੁਬਿਸ਼ਰੀ ਕਰਦਣ ਨੂੰ ਹੋਇਆ 17 ਮੇਰੇ ਸ਼ਿਗਿਰਜਾ ਜਿਹੜੇ ਚੰਗੇ ਚੰਗੇ ਸੱਜੀਆਂ ਦੀ ਚੰਗੇ ਜਥਿਆਂ ਦੀ ਨਾਲ ਉਹ ਪੂਜਨੀ ਸ੍ਰੀ ਕਰਨ ਦੇ ਅੱਠ ਮੁੰਡੇ ਨੇ ਚੰਗੇ ਗਰੰਠੀ ਹੈ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੀੜ ਬਾਬਾ ਬੁੱਢਾ ਸੈਮ ਵੀ ਲਾ ਕੇ ਟੇਕੋ ਦੂਤੀ ਕਰਨ ਦੇ ਜਿਹੜੇ ਘਰ ਦੇ ਹਾਲਾਤ ਆ ਫਿਰ ਕਿਉਂ ਇਸ ਤਰ੍ਹਾਂ ਦੇ ਰਹਿ ਗਏ ਕਿਉਂ ਨਹੀਂ ਕਿਸੇ ਨੇ ਪਤਾ ਲਿਆ ਇਹ ਉਹਨਾਂ ਪਤਾ ਨਾ ਲੈਣ ਵਾਲੇ ਤੇ ਉਹਨਾਂ ਦੀ ਮਰਜ਼ੀ ਹੈ ਬਸ ਸਾਡੀ ਜਿਹੜੀ ਕਮਜ਼ੋਰੀ ਹੈ ਅਸੀਂ ਦੋਵੇਂ ਜੀ ਹੈਂਡੀਕੈਪ ਹੈ ਮੈਂ ਵੀ ਹੈਂਡੀਕੈਪਾਂ ਮੇਰਾ ਪਰਿਵਾਰ ਘਰ ਦੀ ਉਹ ਵੀ ਹੈਂਡੀਕੈਪ ਉਹ ਦੋਵਾਂ ਦਾ ਤਾਂ ਤੋਂ ਹੈਂਡੀਕੈਪਾਂ ਮੈਂ ਇੱਕ ਤੋਂ ਹਾਂ ਤੇ ਹੁਣ ਮੇਰੀ ਆ ਲੱਖ ਜਿਹੜੀ ਸੱਦੀ ਹੈ ਇਹ ਵੀ ਟੁੱਟ ਗਈ ਦੇ ਕਿਤੇ ਪੰਚਾਇਤ ਨੇ ਕਦੀ ਕਿਸੇ ਸਿੱਖ ਆਗੂ ਨੇ કે ਸਿੱਖ ਸੰਸਾਧਾਂ ਦੇ ਆਗੂ ਨੇ ਕਦੀ ਆ ਕੇ ਬਾਤ ਨਹੀਂ ਪੁੱਛੀ ਘਰ ਆ ਕੇ ਇਹ ਸਾਡੀ ਨਗਰ ਠਟਗੜ ਦੇ ਵਿੱਚੋਂ ਦੋ ਬੰਦੇ ਆਏ ਜਿਹਨਾਂ ਮੈਨੂੰ ਹੌਸਲਾ ਦਿੱਤਾ ਵੀ ਇਹੋ ਹੀ ਲੱਤ ਕੰਮ ਕਰਨ ਵਾਲੀ ਇਹ ਟੁੱਟ ਗਈ ਆ ਹੁਣ ਤੇ ਹੌਸਲੇ ਦੀ ਗੱਲ ਆ ਬਿਰੜ ਕੇ ਕੇ ਮਰਨ ਵਾਲੀ ਕਹਾਣੀ ਐ ਇੰਨਾ ਹੋ ਸਕਦਾ ਮੈਨੂੰ ਕਿਸੇ ਇਸ ਤਰ੍ਹਾਂ ਨਹੀਂ ਹੋਇਆ ਵੀ ਜਿਹੜੇ ਚੇਲੇ ਤਿਆਰ ਕੀਤੇ ਹਣ ਉਹ ਹੀ ਆਪਣੀ ਰੋਟੀ ਦੇ ਹੱਥੋਂ ਲੱਤ ਮਾਰ ਦੇਣ ਉਹ ਵੀ ਆਗਾ ਏ ਅਸੀਂ ਇੰਨੇ ਮਜਬੂਰ ਆ ਅੱਜ ਜਿਹੜੀ ਤੁਸੀਂ ਅੱਜ ਘਰ ਦੀ ਦਸ਼ਾ ਵਿਖੰਡਿਆ ਇਹਦੀ ਕਾਰਨ ਮਜਬੂਰੀ ਸਾਡੀ ਇਹੋ ਹੀ ਆ ਅਸੀਂ ਰਹੇ ਗੁਰਦੁਆਰੇ ਦੇ ਵਿੱਚ ਹੀ ਤੇ ਗੁਰਦੁਆਰੇ ਜਿੱਥੋਂ ਤੱਕ ਮਜਬੂਰੀ ਨਹੀਂ ਕਿ ਰਹੀ ਆਪਣਾ ਕੰਮ ਛੱਡ ਕੇ ਬੋਤਰੇ ਕਰਾਤੀ ਰਹੀਗੀ ਸੇਵਾ ਕਰਦੇ ਰਹੇ ਘਰ ਦਾ ਜਿੱਥੇ ਉੱਥੇ ਉੱਥੇ ਕਰੋਗੇ ਆ ਘਰ ਕਿਤਨਾ ਬਣ ਸਕਦਾ 350 ਰੁਪਏ ਦਾ ਕਿਤਨਾ ਘਰ ਬਣ ਸਕਦਾ ਤਾਂ ਅੰਮ੍ਰਿਤਸਰ ਦੇ ਪਿੰਡ ਦੇ ਠੜਕੜ ਵਿੱਚ ਪਹੁੰਚੇ ਆਂ ਤੇ ਅੱਜ ਇੱਕ ਗੁਰੂ ਦੇ ਵਜ਼ੀਰ ਦੇ ਘਰ ਪਹੁੰਚੇ ਆਂ ਨਾਂ ਆ ਕਾਵਲ ਸਿੰਘ 70 ਸਾਲ ਉਮਰ ਦੇ ਤੇ ਪਿਛਲੇ 50 ਸਾਲ ਤੋਂ ਸ਼੍ਰੀ ਕੰਡਪਾਟ ਸਾਹਿਬ ਕਰ ਰਹੇ ਨੇ ਤਾਂ ਕਿੰਨੇ ਗਿਣਤੀ ਦੇ ਵਿੱਚ ਉਹਨਾਂ ਗਰੰਥੀ ਸਿੰਘ ਬਣਾਤੇ ਜਿਹੜੇ 8 ਦੇ ਕਰੀਬ ਆ ਤੇ 16 17 ਦੇ ਕਰੀਬ ਜਿਹੜੇ ਕੁਵੀਸ਼ਰੀ ਬਣਾ ਦਿੱਤੇ ਆ ਤੇ ਆਪ ਉਹ ਹੈਂਡੀਕੈਪ ਆ ਪਰ ਘਰ ਦੇ ਹਾਲਾਤ ਕਿਉਂ ਨਾ ਅੱਜ ਗਿਆ ਕਿਉਂ ਨਹੀਂ ਕਿਸੇ ਨੇ ਪਤਾ ਲਿਆ ਇਹ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਘਰ ਦੇ ਹਾਲਾਤ ਹੱਦ ਤੋਂ ਵੱਧ ਬੱਤਰ ਬਣੇ ਨੇ ਪਰ ਕੋਈ ਵੀ ਇਹ ਸੂਰਮਾ ਨਹੀਂ ਉੱਠਿਆ ਕਿ ਇਸ ਗਰੰਤੀ ਸਿੰਘ ਦੇ ਘਰ ਦੇ ਹਾਲਾਤ ਜਿਹੜੇ ਬਦਲ ਸਕਣ ਆਓ ਆਪਾਂ ਗੱਲਬਾਤ ਕਰਦੇ ਆਂ ਬਾਬਾ ਜੀ ਵਾਇਗੁਰ ਦੀ ਕਾ ਖਾਲਸਾ ਵਾਇਗੁਰ ਜਿੱਕੀ ਹਾਂਜੀ ਤਾਂ ਆਪਣਾ ਨਾਂ ਪਿੰਡ ਜਿਹੜਾ ਜਰੂਰ ਦੱਸਿਓ ਪਹਿਲਾਂ ਜਰੂਰ ਜੀ ਯਾਨੀ ਕਾਬਲ ਸਿੰਘ ਠਠਗੜ ਤਾਂ ਸਾਨੂੰ ਇਹ ਦੱਸਿਓ ਕਿ ਕਿੰਨਾ ਚਿਰ ਹੈਗਾ ਇਹ ਗੁਰੂ ਘਰ ਨਾਲ ਜੁੜੇ ਨੂੰ ਤੇ ਕਿੰਨੇ ਕ ਜਿਹੜੇ ਗਰੰਥੀ ਸਿੰਘ ਜਾਂ ਕਬੀਸ਼ਰੀ ਜਿਹੜੇ ਤਿਆਰ ਕਰ ਦਿੱਤੇ ਆ ਮਹਾਰਾਜ ਜੀ ਮੈਨੂੰ 50 ਸਾਲ ਹੋ ਗਿਆ ਖੰਡ ਪਾਠ ਕਰਦਿਆਂ ਨੂੰ ਤੇ ਉਦੋਂ ਤੋਂ ਹੀ ਮੈਂ ਆਪਣਾ ਕਬੀਸ਼ਰੀ ਦਾ ਪ੍ਰੋਗਰਾਮ ਜਿਹੜਾ ਨਾ ਸ਼ੁਰੂ ਕਰ ਛੱਡਿਆ 50 ਸਾਲ ਹੀ ਮੈਨੂੰ ਕਬੀਸ਼ਰੀ ਕਰਦਿਆਂ ਨੂੰ ਹੋ ਗਿਆ 17 ਮੇਰੇ ਸ਼ਗਿਰਦ ਆ ਜਿਹੜੇ ਚੰਗਿਆਂ ਚੰਗਿਆਂ ਸੱਤੀ ਜਾਂਦੇ ਚੰਗੇ ਜਥਿਆਂ ਦੇ ਨਾਲ ਕਬੀਸ਼ਰੀ ਕਰਨਦੇ ਆ 8 ਮੁੰਡੇ ਨੇ ਚੰਗੇ ਗਰੰਥੀ ਆ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੀੜ ਬਾਬਾ ਬੁੱਢਾ ਸਾਬ ਵੀ ਜਾ ਕੇ ਤੇ ਉਹ ਡਿਊਟੀ ਕਰਨ ਦੇ ਤਾਂ ਜਿਹੜੇ ਘਰ ਦੇ ਹਾਲਾਤ ਆ ਫਿਰ ਕਿਉਂ ਇਸ ਤਰ੍ਹਾਂ ਦੇ ਰਹਿ ਗਏ ਕਿਉਂ ਨਹੀਂ ਕਿਸੇ ਨੇ ਪਤਾ ਲਿਆ ਇਹ ਹੁਣ ਪਤਾ ਨਾ ਲੈਣ ਵਾਲੇ ਤੇ ਉਹਨਾਂ ਦੀ ਮਰਜ਼ੀ ਹੈ ਬਾਕੀ ਸਾਡੀ ਜਿਹੜੀ ਕਮਜ਼ੋਰੀਆਂ ਅਸੀਂ ਦੋਵੇਂ ਜੀ ਹੈਂਡਿਕੈਪਾਂ ਅੱਛਾ ਜੀ ਮੈਂ ਵੀ ਹੈਂਡਿਕੈਪਾਂ ਮੇਰਾ ਪਰਿਵਾਰ ਘਰ ਦੀ ਉਹ ਵੀ ਹੈਂਡਿਕੈਪ ਉਹ ਦੋਵਾਂ ਦਾ ਤਾ ਤੋਂ ਹੈਂਡਿਕੈਪ ਮੈਂ ਇੱਕ ਤੋਂ ਹਾਂ ਤੇ ਹੁਣ ਮੇਰੀ ਆਹ ਲਾਤੀ ਜਿਹੜੀ ਸੱਜੀ ਹੈ ਇਹ ਵੀ ਟੁੱਟ ਚੁੱਕੀ ਹੈ ਬੀੜ ਬਾਬਾ ਬੁੱਢਾ ਸਾਹਿਬ ਡਿਊਟੀ ਜਾਣ ਲੱਗੇ ਆ ਦੁਪਹਿਰੇ 2 ਵਜੇ ਉੱਥੇ ਪਾਣੀ ਵਾਲੀਆਂ ਜਿੱਥੇ ਛਬੀਰ ਆ ਉੱਥੇ ਬੁਰਜੀ ਦੇ ਵਿੱਚ ਵੱਢ ਕੇ ਤੇ ਲੱਕ ਮੇਰੀ ਟੁੱਟ ਗਈ ਬੀੜ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਅਖੰਡ ਪਾਠੀ ਸਿੰਘ ਨੇ ਉਹਨਾਂ ਨੇ ਮੇਰਾ ਇਲਾਜ ਕਰਵਾਇਆ ਸਾਨੂੰ ਹੋਰ ਆਸ-ਪਾਸੋਂ ਕਿਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਸਹਾਇਤਾ ਕੋਈ ਸਹੂਲਤ ਕੋਈ ਪਤਾ ਲੈਣ ਤੱਕ ਨਹੀਂ ਆਇਆ ਹਾਂਜੀ ਬਾਬਾ ਜੀ ਕਿੱਥੇ ਡਿਊਟੀ ਕਰਦੇ ਤੁਸੀਂ ਬੀੜ ਬਾਬਾ ਬੁੱਢਾ ਸਾਹਿਬ ਜੀ ਅੱਛਾ ਜੀ ਹਾਂਜੀ ਤਾਂ ਪਿੰਡ ਦੇ ਕਿਸੇ ਪੰਚਾਇਤ ਨੇ ਕਦੀ ਕਿਸੇ ਸਿੱਖ ਆਗੂ ਨੇ કે ਸਿੱਖ ਸੰਗਤਾਂਵਾਂ ਦੇ ਆਗੂ ਨੇ ਕਦੀ ਆ ਕੇ ਬਾਤ ਨਹੀਂ ਪੁੱਛੀ ਘਰ ਆ ਕੇ ਇਹ ਸਾਡੇ ਨਗਰ ਠਾਠਗੜ ਦੇ ਵਿੱਚੋਂ ਦੋ ਬੰਦੇ ਆਏ ਜਿਨ੍ਹਾਂ ਮੈਨੂੰ ਹੌਸਲਾ ਦਿੱਤਾ ਵੀ ਇਹੋ ਹੀ ਲਤ ਕੰਮ ਕਰਨ ਵਾਲੀ ਸੀ ਇਹ ਟੁੱਟ ਗਈ ਆ ਹੁਣ ਤੇ ਹੌਸਲੇ ਦੀ ਗੱਲ ਆ ਬਿੜਕ ਕੇ ਮਰਨ ਵਾਲੀ ਕਹਾਣੀ ਆ ਇੰਨਾ ਹੋ ਸਕ ਦਿੱਤਾ ਮੈਨੂੰ ਅੱਛਾ ਪਿੰਡ ਦੇ ਬੰਦਿਆਂ ਨੇ ਅੱਛਾ ਇਹਦੋਂ ਤਾਂ ਮੈਨੂੰ ਕਿਸੇ ਨੇ ਕੋਈ ਹੌਸਲਾ ਨਹੀਂ ਦਿੱਤਾ ਕਿ ਕਿ ਮਰਨ ਵਾਲੀ ਗੱਲ ਆ ਮੈਂ ਉਹਨਾਂ ਤੇ ਵੀ ਸ਼ਾਬਾਸ਼ ਹੀ ਗਣਦਾ ਕਿ ਜਿਹੜਾ ਉਹਨਾਂ ਨੇ ਮੈਨੂੰ ਮਰਨ ਦਾ ਰਾਹ ਦੱਸ ਦਿੱਤਾ ਵੀ ਇਹ ਇਹ ਛੱਟ ਲੱਗਣ ਦੇ ਨਾਲ ਬੰਦਾ ਮਰ ਵੀ ਜਾਂਦਾ ਹੈ ਮੈਂ ਉਹਨਾਂ ਦੀ ਸ਼ਾਬਾਸ਼ ਹੀ ਗਣਦਾ اچھا ਉਹਨਾਂ ਨੂੰ ਮਾਰਾ ਨਹੀਂ ਕਹਿ ਸਕਦਾ ਤਾਂ ਇੰਨੇ ਜਿਹੜੇ ਚੇਲੇ ਆਪਾਂ ਸ਼ਗਿਰਦ ਪਾਲੇ ਨੇ ਉਹਨਾਂ ਸ਼ਗਿਰਦਾਂ ਵਿੱਚੋਂ ਕਦੀ ਕਿਸੇ ਨੇ ਆ ਕੇ ਬਾਦ ਪੁੱਛੀ ਆ ਉਹ ਸਾਰੇ ਆਏ ਆ ਜੀ ਸਾਰੇ ਬੰਦੇ ਆਏ ਆ ਤੇ ਆਪਣੀ ਹਾਸ਼ਤ ਨਾਲ ਆਪਣੀ ਸੇਵਾ ਦੇ ਨਾਲ ਉਹ ਮੈਨੂੰ ਹਜ਼ਾਰ ਹਜ਼ਾਰ ਰੁਪਈਆ ਸਾਰੇ ਦੇ ਗਏ 17 ਹੀ ਮੁੰਡੇ ਕਵੀਸ਼ਰ ਆਇਆ 8 ਮੁੰਡੇ ਜਿਹੜੇ ਅਖੰਡ ਪਾਠੀ ਆ ਉਹ ਵੀ ਸਿੰਘ ਆਏ ਆ ਉਹ ਵੀ ਮੈਨੂੰ 10000 ਰੁਪਇਆ ਦੇ ਕੇ ਗਏ ਹੁਣ ਇਹਦੂ ਗਾਹ ਨੂੰ ਮੈਨੂੰ ਛੇਦ ਕੇ ਦਿਖਾਣ ਦੇਣ ਵਾਲੇ ਨਹੀਂ ਮੈਂ ਉਹਨਾਂ ਦੇ ਇੰਨੀ ਸ਼ਾਬਾਸ਼ੀ ਗਿਣਦਾ ਕਿ ਜਿਹੜਾ ਮੈਨੂੰ ਘਰ ਆਣ ਕੇ 10000 ਰੁਪਇਆ ਵੀ ਦੇ ਗਏ ਉਹ ਲੱਖ ਰੁਪਇਆ ਵਰਗਾ ਤਾਂ ਇਹ ਨਾ ਮੈਂ ਕਹਿੰਦਾ ਉਹ ਤੋਂ ਹੁਣ ਕਿੰਨੇ ਭੇਟਾ ਮਿਲਦੀ ਆ ਬਾਬਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਅਖੰਡ ਪਾਠਾਂ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਤੇ तकरीबन ਜਿੰਨੇ ਖੰਡ ਪਾਠ ਹੋਣਗੇ ਓਨੇ ਪੈਸੇ ਮਿਲਣੇ ਆ ਤੇ ਇਹ 1500 ਰੁਪਇਆ ਮਤਲਬ ਕਿ ਸਾਰੀ ਪੇਟਾ ਖੰਡ ਪਾਠ ਦੀ ਨਹੀਂ ਬਣਦੀ ਅੱਛਾ ਤਾਂ ਤੇ ਜੀ ਹੈਂਡੀਕੈਪ ਵੀ ਜੇ ਫਿਰ ਉੱਥੇ ਜਾਣ ਆਉਣ ਦੇ ਵਿੱਚ ਕੋਈ ਤਕਲੀਫ ਪਰੇਸ਼ਾਨੀ ਨਹੀਂ ਹੁੰਦੀ ਜਾਣ ਆਉਣ 'ਚ ਪਰੇਸ਼ਾਨੀ ਹੈ ਤੇ ਬਹੁਤ ਜ਼ਿਆਦੀ ਹੈ ਕਿਉਂਕਿ ਆਹ ਲੱਤ ਟੁੱਟੀ ਆ ਇਸੇ ਨੇ ਆਸਰਾ ਕਰਨਾ ਤੇ ਸਾਈਕਲ 'ਤੇ ਚਲਾ ਨਹੀਂ ਸਕਦਾ ਆ ਹੁਣ ਇੱਕ ਇੱਕ ਟਵਲ ਲਈ ਛੁੱਟੀ ਜੀ ਤੇ ਉਹਦੇ ਆਸਰੇ ਦੇ ਨਾਲ ਹੀ ਜੀਟੀਓ ਚੱਲ ਜਾਂਦੀ ਹੈ ਤੇ ਮੈਂ ਡਿਊਟੀ ਲਾਉਣਾ ਜੇ ਨਹੀਂ ਚੱਲ ਜਾਂਦੀ ਮੇਰੀ ਡਿਊਟੀ ਮਿਸ ਹੋ ਜਾਂਦੀ ਫਿਰ ਤਰਲੇਮੈਂਤਾਂ ਲੱਗਦੀ ਹੈ ਤਾਂ ਕਿਸੇ ਇਸ ਤਰ੍ਹਾਂ ਹੀ ਹੋਇਆ ਵੀ ਜਿਹੜੇ ਚੇਲੇ ਤਿਆਰ ਕੀਤੇ ਹਣ ਉਹ ਹੀ ਆਪਣੀ ਰੋਟੀ ਦੇ ਹੱਥ ਮੱਲਾਤ ਮਾਰ ਦੇਣ ਉਹ ਵੀ ਹੈਗਾ ਮੈਂ ਜਗਤਪ੍ਰੇ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਰਿਆ 11 ਸਾਲ ਗੁਰਦੁਆਰੇ ਡਿਊਟੀ ਕੀਤੀ ਹੈ ਜਿਹੜਾ ਕਿ ਇਥੋਂ ਤੱਕ ਗੁਰਦੁਆਰੇ ਦੀਆਂ ਇੱਟਾਂ ਦੇ ਵਿਗਦੀ ਸਾਰਾ ਘੱਟਾ ਉਂਗਲਾਂ ਦੇ ਨਾਲ ਸਾਰਾ ਬਾਹਰ ਨਿਕਲ ਜਾਂਦਾ ਸੀ ਉਹਨੂੰ ਆਪਣੇ ਹੱਥੀਂ ਜਾ ਕੇ ਸੰਗਤ ਦੀ ਸੇਵਾ ਦੀ ਨਾਲ ਕੀਤਾ ਸੰਗਤ ਨਹੀਂ ਆਪਾਂ ਅਹੀਂ ਕੁਛ ਨਹੀਂ ਕੀਤਾ ਕੀਤਾ ਸੰਗਤ ਨਹੀਂ ਆ ਬਾਕੀ ਪ੍ਰੇਰਣਾ ਜ਼ਰੂਰ ਗੰਥੀ ਦੀ ਉਹਨਾਂ ਨੂੰ ਕਹਿਵਾ ਕੇ ਗਰਾਈ ਲਾ ਕੇ ਉਹਨੂੰ ਸਾਰੇ ਅੰਦਰ ਬਾਹਰ ਪਲੇਸਟਰ ਕਰਵਾਇਆ ਪਲੇਸਟਰ ਕਰਵਾ ਕੇ ਚਾਰ ਪੌੜੀਆਂ ਚੜ੍ਹ ਕੇ ਉੱਪਰ ਮੱਥਾ ਟੇਕਣ ਜਾਂਦੀ ਸੀ ਇੱਕ ਦਿਨ ਇਹੋ ਜਿਹਾ ਸੀਨ ਬਣਿਆ بارش ਹੋਈ baarsh hon karke ek bibi matha tekne aayi oda pair slip ho gaya te oda jeda kolli vich aata si bibi gaa rehgi kolli pisharegi oh aata vi usse pani vich ittega pher sangatna karke vichar paye bahut zyada maara kaam aitra te utthe 30 35000 rupaye di onna nu kahe ke te mitti pavai mitti pavake us gurudware di halat jehdi ajj swarg barki bani hai oh do banne shed vi paaye a plaster vi kita hai ਸਤਗੁਰ ਜੀ ਦਾ ਨਿਸ਼ਾਨ ਸਾਹਿਬ ਉੱਤਾ ਚਲਾਇਆ ਪਹਿਲਾਂ ਇੱਕ ਛੋਟਾ ਜਿਹਾ ਦਰਮਿਆਨਾ ਜਿਹਾ ਨਿਸ਼ਾਨ ਸਾਹਿਬ ਸੀ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਵੀ ਉਹਨੂੰ ਮਾੜਾ ਨਹੀਂ ਕਹਿ ਸਕਦੇ ਤੇ ਬਾਕੀ ਇਹ ਆ ਕਿ ਅੱਜ ਜਿਹਨੂੰ ਆਪਾਂ ਮਰਯਾਦਾ ਦੇ ਹਿਸਾਬ ਨਾਲ ਕਹਿੰਦੇ ਆ ਨਾ ਕਿ ਨਿਸ਼ਾਨ ਸਾਹਿਬ ਅੱਜ ਉਹ ਨਿਸ਼ਾਨ ਸਾਹਿਬ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਤੇ ਉਹ ਸਾਰੀ ਇੱਕ ਗ੍ਰੰਥੀ ਦੀ ਸੇਵਾ ਦੇ ਨਾਲ ਹੀ ਸਾਰਾ ਕੁਝ ਹੋਇਆ ਅੱਗੋਂ ਜੋ ਸੰਗਤ ਨੇ ਕੀਤਾ ਉਹ ਉਹਨਾਂ ਦੀ ਮਰਜ਼ੀ ਦੀ ਗੱਲ ਆ ਉਹਨਾਂ ਦੇ ਮਨ ਦੀ ਗੱਲ ਆ ਉਹਨਾਂ ਨੂੰ ਮਹੀਂ ਮਾੜਾ ਵੀ ਨਹੀਂ ਕਹਿ ਸਕਦੇ ਇੱਕ ਬਾਬਾ ਜੀ ਮੈਂ ਗੱਲ ਜਰੂਰ ਪੁੱਛਣੀ ਚਾਹੂੰਗਾ ਕਿਉਂਕਿ ਅਕਸਰ ਹੀ ਸਾਹਮਣੇ ਆਉਂਦੀ ਆ ਕਿ ਹਰ ਪਿੰਡ ਦੀਆਂ ਕਮੇਟੀਆਂ ਵੱਲੋਂ ਕਹਿੰਦਾ ਕਿ ਗ੍ਰੰਥੀ ਸਿਆਣਾ ਬਿਆਣਾ ਹੋਵੇ ਤੇ ਤਨਖਾਹ ਵੀ ਬਹੁਤ ਘੱਟ ਹੋਵੇ ਤਾਂ ਉਹ ਬਾਹਰ ਵੀ ਨਾ ਕਿਤੇ ਜਾਵੇ ਤੇ ਗੁਰਦੁਆਰੇ ਦੇ ਵਿੱਚ ਰਹੇ ਜੇ ਸਾਰਾ ਪਿੰਡ ਇੱਕ ਗ੍ਰੰਥੀ ਸਿੰਘ ਸੰਭਾਲ ਲਵੇ ਤਾਂ ਗ੍ਰੰਥੀ ਸਿੰਘ ਸਾਰੇ ਪਿੰਡ ਦੇ ਨੌਜਵਾਨਾਂ ਨੂੰ ਸਿੱਧੇ ਰਹਿ ਲਾ ਸਕਦਾ ਹਾਂ ਜੀ ਇਹ ਗੱਲ ਹੈ ਇਸ ਗੱਲ ਨਾਲ ਸਹਿਮਤ ਹਾਂ ਜੀ ਬਾਕੀ ਸਾਨੂੰ ਨਹੀਂ ਜੇ ਕਿਸੇ ਨੇ ਵੀ ਸੰਭਾਲਿਆ ਤੇ ਅਸੀਂ ਇੰਨੇ ਮਜਬੂਰ ਆ ਅੱਜ ਜਿਹੜੀ ਤੁਸੀਂ ਸਾਡੇ ਘਰ ਦੀ ਦਸ਼ਾ ਵੇਖਣ ਦੇ ਇਹਦੀ ਕਾਰਨ ਮਜਬੂਰੀ ਸਾਡੀ ਇਹੋ ਹੀ ਆ ਅਸੀਂ ਰਹੇ ਗੁਰਦੁਆਰਿਆਂ ਦੇ ਵਿੱਚ ਹੀ ਤੇ ਗੁਰਦੁਆਰੇ ਜਿੱਥੋਂ ਤੱਕ ਮਜਬੂਰੀ ਨਹੀਂ ਚ ਰਹੀ ਆਪਨਾ ਕੰਮ ਛੱਡ ਕੇ ਗੁਰਦਾਰੇ ਕਰਾਉਂਦੇ ਰਹੇਗੀ ਸੇਵਾ ਕਰਦੇ ਰਹੇ ਘਰ ਦਾ ਜਿੱਥੇ ਉੱਥੇ ਉੱਥੇ ਖਲੋਤਾ ਰਹੇਗਾ ਬੱਚੇ ਮੇਰੇ ਦੋ ਆ ਬੱਚੇ ਮੇਰੇ ਦੋ ਆ ਇੱਕ ਕਲਕੱਤੇ ਆ ਇੱਕ ਇੱਥੇ ਦਿਹਾੜੀ ਕਰਦਾ ਮੈਂ ਰਾਜਮਿਰਿਛੇ ਮਗਰਿਆ ਹੋ ਸਾਢੇ 350 ਰੁਪਏ ਉਹਦੀ ਦਿਹਾੜੀ ਆ 350 ਰੁਪਏ ਦਿਹਾੜੀ ਦੇ ਵਿੱਚ ਉਹ ਤੁਸੀਂ ਲਾ ਲਓ ਆਪਣਾ ਹੀ ਅੰਦਾਜ਼ਾ ਲਾ ਲਓ ਵੀ ਉਹਦੇ ਚਾਰ ਬੱਚੇ ਆ ਉਹ ਸਾਨੂੰ ਕੀ ਦਊਗਾ ਤੇ ਅਸੀਂ ਉਹਨੂੰ ਕੀ ਦੇ ਸਕਦੇ ਆ ਆ ਘਰ ਕਿਤਨਾ ਬਣ ਸਕਦਾ 350 ਰੁਪਏ ਨਾਲ ਕਿਤਨਾ ਘਰ ਬਣ ਸਕਦਾ ਆਪਾਂ ਸਾਰੇ ਦੇਖ ਸਕਦੇ ਆ ਇਸ ਗੱਲ ਨੂੰ ਕਿ 350 ਰੁਪਏ ਦੇ ਨਾਲ ਉਹ ਹੋ ਸਕਦਾ ਹੈ ਕਿ ਮਹੀਨੇ ਦੇ ਵਿੱਚ 20 ਜਹਾੜੀਆਂ ਲੱਗਦੀਆਂ ਹੋਣ 10 ਤੇ ਟੁੱਟੀਆਂ ਦੀਆਂ ਰੋਮੈਟਿਕੀ ਕੋਈ ਢਿਲਮਟ ਹੋ ਗਈ ਜਾਂ ਕੋਈ ਮਿਸਟਰੀ ਦਾ ਕੰਮ ਹੋ ਗਿਆ ਇਧਰ ਉਧਰ ਆਸਾ ਪਾਸਾ ਹੋ ਗਿਆ ਜਾਂ ਕੋਈ ਮਟੀਰੀਅਲ ਨਹੀਂ ਆਇਆ ਦੱਸ ਤੇ ਦਿਹਾੜੀਆਂ ਮਹੀਨੇ ਕਿ ਟੋਟੀ ਹੀ ਜਾਂਦੀਆਂ ਉਹਨਾਂ 20 ਦਿਨਾਂ ਦੇ ਵਿੱਚ ਉਹ ਆਦਮੀ ਕੀ ਕਰ ਸਕਦਾ ਸਾਡੇ ਵੀ ਮੰਨ ਲਓ ਜੇ ਲੋਗਲ ਪਾਠ ਕਰਦੇ ਆ ਤੇ ਲੋਗਲ ਪਾਠਾਂ ਦੇ ਵਿੱਚ ਵੀ ਕਿਸੇ ਨੇ ਸੱਜਿਆ ਕਿਸੇ ਨੇ ਨਾ ਸੱਜਿਆ ਜੇ ਕਿ ਜ ਮਨਮੀਰ ਪੈ ਗਈ ਤੇ ਕਿਸੇ ਨੇ ਸਾਧ ਲਿਆ ਨਾ ਮੇਨ ਪਈ ਤੇ ਜਿਤਨਾ ਬੈਠੇ ਬੈਠੇ ਫਿਰ ਦੁੱਖ ਕਦੋਂ ਹੁੰਦਾ ਜਦੋਂ ਘਰ ਦੇ ਹਾਲਾਤ ਵੇਖ ਕੇ ਆਉਂਦੇ ਫਿਰ ਮਨ ਦੁਖੀ ਨਹੀਂ ਹੁੰਦਾ ਯਾਰ ਇੰਨਾ ਚਿਰ ਹੋ ਗਿਆ ਇੰਨਾ ਕੁਝ ਕੀਤਾ ਇਹ ਤੇ ਫਿਰ ਵੀ ਕਿਸੇ ਨੇ ਸਾਰ ਨਹੀਂ ਲਈ ਨਹੀਂ ਸਾਰ ਲਈ ਨਹੀਂ ਮੈਂ ਤੁਹਾਨੂੰ ਇੱਕੋ ਹੀ ਸਾਰ ਜਿਹੜੀ ਲੈਣ ਵਾਲੀ ਗੱਲ ਮੈਂ ਤੁਹਾਨੂੰ ਇਹ ਰਿਜ਼ਲਟ ਕਰਕੇ ਦੱਸ ਦਿੰਦਾ ਕਿ ਸਾਡੇ ਪਿੰਡ ਦੇ ਵਿੱਚ ਸਿਰ ਕੇਵਲ ਤੇ ਕੇਵਲ ਸਾਡੀ ਰਹੇਗੀ ਸਾਹ ਜ ਇਹਨਾਂ ਪਿੰਡ ਵਾਲਿਆਂ ਨੂੰ ਸਿਰਫ ਵੋਟ ਦੇ ਨਾਲ ਇਹਨਾਂ ਨੇ ਕਿਸੇ ਮਰੇ ਜੰਮੇ ਤੇ ਨਹੀਂ ਪੁੱਛਣਾ ਇਹਨਾਂ ਨੇ ਕਿਸੇ ਨੇ ਦੁੱਖ ਪੀੜ ਤੇ ਨਹੀਂ ਆਉਣਾ ਕਿਸੇ ਭੈਣ ਭਰਾ ਦੇ ਵਿਆਹ ਸ਼ਾਦੀ ਤੇ ਕਿਸੇ ਨੇ ਮਦਦ ਨਹੀਂ ਕਰਨੀ ਸਾਡਾ ਪਿੰਡ ਐਡਾ ਸਰੀ ਆ ਸਾਹਮਣੇ ਸਾਡੇ ਪਿੰਡ ਦੀ ਕਰਤੂਤ ਹੈ ਇਹ ਗੁਰੂ ਘਰ ਦੀ ਪਹਿਲੀ ਆ ਪਿੰਡ ਦੀ ਸੰਗਤ ਨੇ ਗੁਰੂ ਘਰ ਨੂੰ ਦਾਨ ਕੀਤੀ ਪਲਾਟ ਮਿਲੇ ਤੇ ਪੰਚਾਇਤ ਨੇ ਵਿੱਚ ਪਾਣੀ ਪਵਾਤਾ ਅੱਜ ਇਸੇ ਪਾਣੀ ਦੇ ਨਾਲ ਸਾਡੇ ਘਰ ਦੇ ਣਾਣੇ ਬੱਚੇ ਸਾਰੇ ਬਿਮਾਰ ਪਏ ਆ ਟੋਟਲੀ ਇਥੋਂ ਲੈ ਕੇ ਤੋਂ ਮੋੜ ਤੱਕ ਚੱਲ ਜੂ ਸਾਰੇ ਬੱਚੇ ਤੁਹਾਨੂੰ ਬਿਮਾਰ ਦੇਸਣਗੇ ਫਿਰ ਆ ਮੋਟਰਾਂ ਜਿਹੜੀਆਂ ਆ ਆ ਮੋਟਰਾਂ ਪਾਣੀ ਵਾਲੀਆਂ ਇਹ ਸਾਰੀਆਂ ਚਲਦੀਆਂ ਮੋਟਰਾਂ ਵਿੱਚੋਂ ਪਾਣੀ ਦੀ ਬੋਅ ਆ ਸਕਦੀ ਹੈ ਉਹ ਤੁਸੀਂ ਹੁਣ ਵੀ ਚਲਾ ਕੇ ਵੇਖ ਸਕਦੇ ਜੇ ਕੋਈ ਕੋਲੇ ਵਾਲੀ ਗੱਲ ਨਹੀਂ ਇਹ ਤੋ ਤੱਕ ਇਹ ਸਾਡੇ ਪਿੰਡ ਦੇ ਹਾਲਾਤ ਆ ਪੰਚਾਇਤਾਂ ਪਾਇ ਪਿੰਡ ਵਾਲਿਆਂ ਪਾਇ ਇੱਕ ਗੱਲ ਮੈਂ ਆਖਰੀ ਸਵਾਲ ਜਰੂਰ ਪੁੱਛਣਾ ਚਾਹੁੰਨਾ ਕਿ ਇੰਨੇ ਗਰੰਤੀ ਸਿੰਘ ਤਿਆਰ ਕਰਦੇ ਇੰਨੇ ਕਵਿਖਰੀ ਕਰਦੇ ਕਦੀ ਮਾਨ ਸਨਮਾਨ ਵੀ ਮਿਲਿਆ ਸਟੇਜ ਤੇ ਕਿ ਇਹਨਾਂ ਨੂੰ ਪਿਛਲੇ 50 ਸਾਲ ਤੋਂ ਗੁਰੂ ਘਰ ਨਾਲ ਜੁੜੇ ਆ ਆ ਇਹਨਾਂ ਨੇ ਜਿਹੜੇ ਆਪਣੇ ਸ਼ਗਿਰਦ ਤਿਆਰ ਕੀਤੇ ਆ ਜਿਹੜੇ ਹੁਣ ਗੁਰੂ ਘਰਾਂ ਦੀ ਸੇਵਾ ਕਰ ਰਹੇ ਕਦੀ ਮਾਨ ਸਨਮਾਨ ਮਿਲਿਆ ਮਹਾਰਾਜੀ ਸਾਨੂੰ ਸਨਮਾਨ ਜਿਹੜਾ ਨਾ ਗੁਰੂ ਘਰ ਦੇ ਵਿੱਚੋਂ ਤਕਰੀਬਨ ਹਰ ਵਾਰ ਹੀ ਮਿਲਦਾ ਹੈ ਤਾਂ ਖੇਤਰੀ ਬੁੰਦਾ ਬੁੰਗਾ ਤਰਨਤਨ ਸਾਹਿਬ ਆਪਾਂ ਵੀ ਨੇ ਉੱਥੇ ਕਵੀਸ਼ਰ ਸਭਾ ਦੀ ਸਭਾ ਲੱਗੀ ਉੱਥੇ ਸਾਡਾ 1 ਕਿਹਾਂ ਨੰਬਰ ਸੀ ਜਦ ਸਭਾ ਦੇ ਵਿੱਚ ਜਦੋਂ ਕਵੀਸ਼ਰੀ ਚੱਲਦੀ ਆ ਤੇ ਉਹਨਾਂ ਨੇ ਜੱਜ ਸਾਹਿਬ ਉਹਨਾਂ ਨੇ ਇੱਕੋ ਹੀ ਕੀਤੀ ਬੇਨਤੀ ਸਾਰਿਆਂ ਨੂੰ ਵੀ ਇੱਕ ਕਵਤਾ ਸਾਰਿਆਂ ਕਹਿਣੀਆਂ ਝੋਕ ਕਹਿਣੀਆਂ ਤੇ 21 ਨੰਬਰ ਦੇ ਵਿੱਚੋਂ ਜਾ ਕੇ ਤੇ ਕਵਿੰਦਾ ਜਤਾਂ ਦੇ ਵਿੱਚੋਂ ਫਾਈਸਟ ਨੰਬਰ ਮਿਲਿਆ ਮੈਂ ਉਹ ਸਭ ਤੋਂ ਵੱਡਾ ਸਨਮਾਨ ਗਿਣਦਾ ਕਿ ਜਿਹੜਾ ਮੈਨੂੰ ਉੱਥੋਂ ਦਾ ਤਰਨ ਤਾਰਨ ਏਡੇ ਵੱਡੇ ਤਖਤ ਤੋਂ ਸਾਨੂੰ ਉਹ ਸਨਮਾਨ ਮਿਲਿਆ ਹੋਰ ਆਹ ਜੇ ਕੋਈ ਦੇਂਦਾ 2 4 10 ਰੁਪਏ ਤੇ ਉਹ ਕਿੰਦਾ ਕਿੰਦਾ ਸਨਮਾਨ ਵਾਲੀ ਗੱਲ ਨਹੀਂ ਜੇ ਕਿਸੇ ਨੇ 2-4 ਮੀਟਰ ਦਾ ਸਰੂਪਾ ਗੱਲ ਪਾ ਦਿੱਤਾ ਤੂੰ ਕੋਈ ਸਨਮਾਨ ਵਾਲੀ ਗੱਲ ਨਹੀਂ ਜਿਹਨੂੰ ਸੰਗਤ ਸਨਮਾਨ ਕਰਦੀ ਹੈ ਨਾ ਉਹ ਸਨਮਾਨ ਆ ਤਾਂ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਕੰਟਰੈਕਟ ਨੰਬਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਤੇ ਜੋ ਵੀ ਘਰ ਬਣਾਉਣ ਵਾਸਤੇ ਅਪੀਲ ਹੈ ਜੋ ਮਦਦ ਚਾਹੀਦੀ ਹੈ ਤੁਸੀਂ ਕਰ ਸਕਦੇ ਹੋ ਲਓ ਜੀ ਸਾਡੇ ਨੰਬਰ ਹੈ ਇਸ ਤਰ੍ਹਾਂ ਕਿ 82 83 00 76 82 82 83 00 7682 ਇਹ ਮੇਰਾ ਪਰਸਨਲ ਨੰਬਰ ਹੈ ਜਿਹੜਾ ਕਿ 24 ਘੰਟੇ ਜ਼ਰੂਰ ਰਹਿੰਦਾ ਹੈ ਤੇ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਾਰੇ ਸੰਗਤ ਨੂੰ ਇਹ ਅਪੀਲ ਹੈ ਕਿ ਜਿੱਥੋਂ ਤੱਕ ਵੀ ਵੱਧ ਤੋਂ ਵੱਧ ਸੇਵਾ ਕੀਤੀ ਜਾਂਦੀ ਹੈ ਇਹ ਇਸ ਘਰ ਦੀ ਹਾਲਤ ਵੇਖ ਕੇ ਤੇ ਉਹ ਸੇਵਾ ਕਰ ਸਕਦੇ ਆ ਅਸੀਂ ਉਹਨਾਂ ਦੇ ਸਦਾ ਵਾਸਤੇ ਰਹਿਣੀ ਹੈ ਸਦਾ ਵਾਸਤੇ ਹੀ ਉਹਨਾਂ ਦੇ ॠਣਦਾਰ ਧੰਨਵਾਦੀ ਹੋਵਾਂਗੇ ਕਿ ਜਿਹੜਾ ਸਾਡੀ ਅੱਜ ਇਹ ਬਾਹ ਫੜਦਾ ਉਹ ਕਿ ਅਸੀਂ ਆਪਣਾ ਆਪ ਇਹ ਘਰ ਨਹੀਂ ਬਣਾ ਸਕਦੇ ਡਿੱਗ ਭਾਵੇਂ ਪਰ ਅਸੀਂ ਬਣਾ ਨਹੀਂ ਸਕਦੇ ਤਾਂ ਅਸੀਂ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਇੱਕ ਮਨ ਦੇ ਵਿੱਚ ਗੁੱਸਾ ਹੈ ਤੇ ਰੋਸ ਆ ਰੋਸ ਕਿਹਨਾਂ ਦੇ ਖਿਲਾਫ ਹੈ ਆਪਣੇਆਂ ਦੇ ਖਿਲਾਫ ਕਿ 50 ਸਾਲ ਇੱਕ ਸੇਵਾ ਕੀਤੀ ਹੋਵੇ ਜੇ ਇਹ ਕਿਸੇ ਗਾਉਣ ਵਾਲੇ ਜਾਂ ਕਿਸੇ ਗਾਇਕੀ ਵਾਲੇ ਪਾਸੇ ਜਾਂ ਕਿਤੇ ਵੀ ਲੱਗੇ ਹੁੰਦੇ ਤਾਂ ਹੁਣ ਨੂੰ ਇਹਨਾਂ ਨੇ ਦੋ ਮੰਜ਼ਲੀ ਕੋਠੀ ਜਿਹੜੀ ਖੜੀ ਕਰ ਦੇਣੀ ਪਰ ਗੁਰੂ ਘਰ ਦੇ ਜੁੜਨ ਦੇ ਨਾਲ ਆਨੰਤੀ ਜਿਆ ਸਾਹਮਣੇ ਆਉਂਦਾ ਹੈ ਬੜੀ ਸ਼ਰਮ ਆਉਂਦੀ ਆ ਤੇ ਉਸ ਸਿੱਖ ਸਦਾਵਾਂ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਮੈਂ ਬੇਨਤੀ ਕਰੂੰਗਾ ਕਿ ਇਸ ਗਰੰਥੀ ਸਿੰਘ ਦੇ ਘਰ ਆ ਕੇ ਇੱਕ ਵਾਰ ਜਰੂਰ ਵੇਖੋ ਤਾਂ ਹਾਲਾਤ ਵੇਖ ਕੇ ਜੇ ਤੁਹਾਡੇ ਅੱਖਾਂ ਦੇ ਵਿੱਚ ਗਲੇਡੂ ਨਾ ਆ ਜਾਣ ਤਾਂ ਫਿਰ ਤੁਸੀਂ ਕਹਿਣਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਸਿੱਖ ਸਦਾਵਾਂ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਕੋਲੇ ਵੀਡੀਓ ਜਿਹੜੀ ਪਹੁੰਚ ਜਾਵੇ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਜਸਵੀਰ ਸਿੰਘ ਛੀਨਾ ਤਰਨਤਾਰ